ਦੋਨੇ ਇਲਾਕਾ ਕੌਂਸਲਰ ਸਾਰੇ ਕੇਂਦਰੀ ਨਾਲ ਨੇ ਉਸੇ ਗੱਲ ਨੂੰ ਇੱਕ ਮਜਾ ਦੇ ਨਾਲ ਹੱਲ ਕਰਨ ਲੱਗੇ ਹੋਏ ਪਰ ਉਹ ਜੇ ਚਾਰੇ ਪਾਸੇ ਇੱਕਦਮ ਪਾਣੀ ਆ ਜਾਊਗਾ ਜਾਂ ਬਾਰਿਸ਼ ਦੇ ਉੱਤੇ ਜ਼ੋਰ ਨਹੀਂ ਇੰਨੀ ਜ਼ਿਆਦਾ ਬਾਰਿਸ਼ ਪੈ ਚੁੱਕੀ ਸਾਰੇ ਇਸੇ ਪ੍ਰੋਬਲਮ ਵੀ ਲੱਗੇ ਹੋਏ ਕੋਹ ਨੂੰ ਕੋਈ ਪੁਆਇੰਟ ਤਾਂ ਹੈ ਨਹੀਂ ਕਿ ਆਪਣੀ ਜਿੰਨੀ ਜਿੰਨਾ ਵੀ ਪ੍ਰੋਬਲਮ ਉੱਤੇ ਹੱਲ ਨਹੀਂ ਲੱਗਦਾ ਗੱਲ ਸੁਣ ਤਾਂ ਲਵੋ ਥੋੜੀ ਸੁਣ ਲਈ ਜਦੋਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਆਰਡਰ ਕਰਦੇ ਸੀ ਕਿ ਸਿੱਕੂਰੀ ਵਾਲੀ ਜਿਹੜੀ ਜਿਹੜੀ ਨੀਵੀ ਆ ਤੇ ਗਾਂਧੀ ਨਗਰ ਵਾਲੀ ਆਪਾਂ ਨੂੰ ਢਾਉਣੀਆਂ ਚਾਹੀਦੀਆਂ ਅਗਰ ਬਰਸਾਤ ਜ਼ਿਆਦਾ ਆ ਗਈ ਤਾਂ ਪਾਣੀ ਰੁਕੂਗਾ ਉਦੋਂ ਸਾਰੇ ਮੱਲੇ ਨੇ ਜਾ ਕੇ ਧਰਨਾ ਲਾਤਾ ਉਦੋਂ ਆਪਾਂ ਸਾਰੇ ਕਿੱਥੇ ਸੀ ਉਦੋਂ ਆ ਗਏ ਆਪਾਂ ਕਹਿੰਦੇ ਕਿ ਅੱਗੇ ਡੁੱਬ ਜਾਣਗੇ ਜੀ ਇਹ ਗੱਲਾਂ ਕਰੋ ਤੇ ਪਲੀਜ਼ ਮੇਰੇ ਵਾਲਾ ਆਪਣੀ ਨਹੀਂ ਕਹਿਣੀ ਮੇਰੇ ਵਾਲਾ ਨਵੀਂ ਬਣਾ ਲਓ ਇਹ ਸ਼ਿਪੂਰੀ ਇਲਾਕਾ ਆ ਇਹ ਸ਼ਿਪੂਰੀ ਇਲਾਕਾ ਜਿਹੜਾ ਆ ਇਹ ਡੁੱਬਣਪੁਰੀ ਇਲਾਕਾ ਬਣ ਚੁੱਕਾ ਆ ਇਹਦੀ ਇਹ ਬਿਨਾਂ ਬਰਸਾਤ ਤੋਂ ਇਹਦੀ ਵਜ੍ਹਾ ਕੀ ਆ ਇਹਦੀ ਵਜ੍ਹਾ ਕੌਂਸਲਰ ਐਮ ਐਲ ਏ ਐਮ ਪੀ ਸਾਹਿਬ ਪ੍ਰਸ਼ਾਸਨਿਕ ਅਧਿਕਾਰੀ ਡੀ ਸੀ ਸਾਹਿਬ ਕਾਰਪੋਰ ਸਾਰੇ ਇਹ ਜਿਹੜੇ ਆ ਇਹਨਾਂ ਇਹਨਾਂ ਦੇ ਆਪਣੇ ਗੰਦਗੀ ਦੇ ਇਹ ਸਾਰੇ ਜ਼ਿੰਮੇਵਾਰ ਇਨਸਾਨ ਆ ਅੱਜ ਦੇਖੋ 5 ਦਿਨ ਤੋਂ ਪਾਣੀ ਆ ਰਿਹਾ 5 ਦਿਨ ਤੋਂ ਕੋਈ ਵੀ ਸਾਡੇ ਏਰੀਆ 'ਚ ਕੋਈ ਨਹੀਂ ਆਇਆ ਇਹ ਪਾਣੀ ਨਾਲੇ ਦਾ ਆ ਗੰਦਾ ਪਾਣੀ ਆ ਸੀਵਰੇਜ ਰੁਕੇ ਹੋਏ ਆ ਜਿਹੜੇ ਅੱਜ ਤੱਕ ਕਦੀ ਵੀ ਕੌਂਸਲਰ ਸਾਹਿਬ ਨੇ ਸਾਫ਼ ਨਹੀਂ ਕਰਾਏ ਕਦੀ ਵੀ ਮੈਨੂੰ ਇਹ ਨਹੀਂ ਮਤਲਬ ਹੈਗਾ ਕਿ ਵੀ ਕਿਹੜੀ ਪਾਰਟੀ ਦੇ ਆ ਮੈਂ ਕਿਸੇ ਪਾਰਟੀ ਨੂੰ ਨਹੀਂ ਜਾਣਦੀ ਸਾਨੂੰ ਮਤਲਬ ਆ ਜਿਸ ਨੂੰ ਅਸੀਂ ਵੋਟਾਂ ਪਾਈਆ ਉਹਦਾ ਫਰਜ਼ ਬਣਦਾ ਅਸੀਂ ਸਮਾਜ 'ਚ ਆ ਕੇ ਵਿਚਰੀਏ